ਭਾਵੇਂ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤੇ ਪ੍ਰਸ਼ਾਸਨ ਅਤੇ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਸਖਤੀ ਨਾਲ ਵਰਜਿਤ ਕਰਕੇ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ, ਪਰ ਫਿਰ ਵੀ ਅੱਜ ਪਾਬੰਦੀ ਵਾਲੇ ਹੁਕਮਾਂ ਦੀਆਂ ਸਿੱਧੇ ਤੌਰ ਤੇ ਧੱਜੀਆਂ ਉਡਾਉਂਦਿਆਂ ਸਰਹੱਦੀ ਇਲਾਕਾ ਫਜ਼ਿਲਕਾ ਦੇ ਅਧੀਨ ਆਉਂਦੇ ਪਿੰਡ ਖੁਈ ਖੇੜਾ ਦੇ ਕਿਸਾਨ ਨੇ ਆਪਣੇ ਖੇਤਾਂ ਵਿੱਚ ਨਾੜ ਨੂੰ ਕਥਿਤ ਤੌਰ ਤੇ ਜਾਣ ਬੁੱਝ ਕੇ ਅੱਗ ਲਗਾ ਦਿੱਤੀ। ਹਵਾ ਤੇਜ਼ ਹੋਣ ਕਾਰਨ ਅੱਗ ਖੇਤਾਂ ਦੇ ਨਾਲ ਲੱਗਦੇ ਇੱਕ ਗਰੀਬ ਦੇ ਆਸ਼ੀਆਨੇ ਤੱਕ ਪਹੁੰਚ ਗਈ, ਜਿਸ ਨਾਲ ਘਰ ਵਿੱਚ ਘੁੰਮ ਰਹੇ ਪਾਲਤੂ ਜਾਨਵਰਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਉਹ ਸੜ ਕੇ ਸਵਾਹ ਹੋ ਗਏ। ਗਰੀਬ ਦੇ ਘਰ ਵਿੱਚ ਲੜਕੀ ਦੇ ਵਿਆਹ ਹੋਣ ਦੇ ਕਾਰਨ ਬਣਾਏ ਗਏ ਦਾਜ ਦੇ ਸਾਰੇ ਸਮਾਨ ਅਤੇ ਘਰ ਦਾ ਵੀ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ਦੇ ਨਾਲ ਹੋਏ ਨੁਕਸਾਨ ਬਾਰੇ ਪੀੜਤਾਂ ਦਾ ਇਹੀ ਕਹਿਣਾ ਹੈ ਕਿ ਹੁਣ ਉਹਨਾਂ ਦਾ ਸਭ ਕੁਝ ਤਬਾਹ ਹੋ ਚੁੱਕਿਆ ਹੈ। ਇਸ ਘਟਨਾ ਨੇ ਉਹਨਾਂ ਨੂੰ ਅੰਦਰੋਂ ਤੱਕ ਝੰਜੋੜ ਕੇ ਰੱਖ ਦਿੱਤਾ। ਹੁਣ ਪੀੜਤ ਪਰਿਵਾਰ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੇ ਮੁਆਵਜ਼ੇ ਅਤੇ ਇਨਸਾਫ਼ ਦੀ ਵੀ ਮੰਗ ਕਰ ਰਿਹਾ ਹੈ।